ਸਤਿ ਸ੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਭੁੱਲਰ। ਯੂਟਿਊਬ 'ਤੇ ਤੁਸੀਂ ਮੈਨੂੰ ਬਹੁਤ ਕੁਐਸਚਨ ਪੁੱਛ ਰਹੇ ਹੋ, ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਮੈਨੂੰ ਆਪਣੇ ਸਵਾਲ ਪੁੱਛਦੇ ਹੋ। ਪਰ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਜ਼ਰੂਰ ਕਰਦਾ ਹਾਂ ਕਿ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਆਪਣੇ ਸਵਾਲ ਨਾਲ ਰਿਲੇਟਡ ਇੱਕ ਵਾਰੀ ਵੀਡੀਓ ਚੈੱਕ ਕਰ ਲਿਆ ਕਰੋ। ਸੋ ਇਸੇ ਤਰ੍ਹਾਂ ਮੇਰੇ ਕੋਲ ਇੱਕ ਸਵਾਲ ਆਇਆ ਸੀ ਕਿ ਸਰਦੀਆਂ ਦੇ ਵਿੱਚ ਬੁੱਲਾਂ ਦੇ ਫਟਣ ਦੀ ਪ੍ਰੋਬਲਮ ਹੈ, ਉਸ ਦਾ ਸੋਲਿਊਸ਼ਨ ਕਿਸ ਤਰ੍ਹਾਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਕਿ ਇਹ ਸਾਡੇ ਲਿਪਸ ਕਰੈਕਟ ਜਿਹੜੇ ਹੁੰਦੇ, ਚਾਪਟ ਹੁੰਦੇ ਆ, ਸਰਦੀਆਂ ਦੇ ਵਿੱਚ ਕਿਉਂ ਹੁੰਦੇ ਨੇ? ਸਰਦੀਆਂ ਦੇ ਵਿੱਚ ਜਿਹੜੀਆਂ ਹਵਾਵਾਂ ਹੁੰਦੀਆਂ ਨੇ, ਖੁਸ਼ਕ ਹੁੰਦੀਆਂ ਨੇ, ਜਿਹਦੀ ਵਜ੍ਹਾ ਕਰਕੇ ਜਿਹੜੇ ਸਾਡੇ ਲਿਪਸ ਹੁੰਦੇ ਆ, ਸਾਡੀ ਬਾਡੀ ਦਾ ਸਭ ਤੋਂ ਕੋਮਲ ਹਿੱਸਾ ਹੁੰਦੇ ਆ, ਅਤੇ ਨਮੀ ਵੀ ਸਭ ਤੋਂ ਜ਼ਿਆਦਾ ਲਿਪਸ ਲਈ ਹੀ ਜ਼ਰੂਰੀ ਹੁੰਦੀ ਹੈ, ਅਤੇ ਐਕਸਪੋਜ਼ ਵੀ ਸਭ ਤੋਂ ਜ਼ਿਆਦਾ ਇਹੀ ਪਾਰਟ ਹੈ ਸਾਡੀ ਬਾਡੀ ਦਾ ਪੂਰੀ ਦਾ। ਤਾਂ ਕੀ ਹੁੰਦਾ, ਜਦੋਂ ਹਵਾ ਚੱਲਦੀ ਹੈ, ਸਰਦ ਅਤੇ ਖੁਸ਼ਕ ਹਵਾ ਚੱਲਦੀ ਹੈ, ਅਤੇ ਬੁੱਲਾਂ ਦੀ ਜਿਹੜੀ ਨਮੀ ਆ ਉਹ ਸੁੱਕ ਜਾਂਦੀ, ਜਿਹਦੀ ਵਜ੍ਹਾ ਕਰਕੇ ਉਹਦੇ ਵਿੱਚ ਕ੍ਰੈਕਸ ਆ ਜਾਂਦੇ ਆ, ਫਟ ਜਾਂਦੇ ਆ। ਸੋ ਦੂਸਰੀ ਗੱਲ, ਅਸੀਂ ਉਸ ਸਮੱਸਿਆ ਦਾ ਹੱਲ ਆਪਣੇ ਤੌਰ 'ਤੇ ਕੀ ਕਰਦੇ ਹਾਂ ਕਿ ਅਸੀਂ ਬੁੱਲਾਂ 'ਤੇ ਜੇਬ ਫੇਰਨਾ ਸ਼ੁਰੂ ਕਰ ਦਿੰਦੇ ਹਾਂ। ਜਿਹੜਾ ਇਨਸਾਨੀ ਸਲੀਵਾ ਜਾਂ ਥੁੱਕ ਹੁੰਦੀ ਹੈ, ਉਹ ਅਲਕਲਾਈਨ ਬੇਸਡ ਹੁੰਦੀ ਹੈ। ਤਾਂ ਖਾਰੀ ਥੁੱਕ ਜਿਹੜੀ ਜਦੋਂ ਅਸੀਂ ਆਪਣੇ ਬੁੱਲਾਂ 'ਤੇ ਫੇਰਦੇ ਹਾਂ, ਉਹਨੂੰ ਲਾਉਣੇ ਹਾਂ ਜੀਭ ਦੇ ਨਾਲ, ਤਾਂ ਉਹ ਹੋਰ ਜ਼ਿਆਦਾ ਬੁੱਲ ਫੜਦੇ ਨੇ, ਕਿਉਂਕਿ ਖਾਰੇਪਨ ਨਾਲ ਜਿਹੜੀ ਚਮੜੀ ਹੈ ਉਹ ਜ਼ਿਆਦਾ ਪੇਪੜੀਆਂ ਬਣਨੀਆਂ ਸ਼ੁਰੂ ਕਰ ਦਿੰਦੀਆਂ, ਖੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਹੈ। ਨੰਬਰ 2 'ਤੇ ਅਗਲਾ ਜਿਹੜਾ ਪਰਹੇਜ਼ ਹੈਗਾ, ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਵੇ ਤਾਂ ਤੁਸੀਂ ਪਾਣੀ ਦੀ ਮਾਤਰਾ ਆਪਣੇ ਸਰੀਰ ਵਿੱਚ ਪੂਰੀ ਰੱਖਣੀ ਹੈ। ਆਮ ਤੌਰ 'ਤੇ ਸਰਦੀਆਂ ਦੇ ਵਿੱਚ ਅਸੀਂ ਪਾਣੀ ਦੀ ਮਾਤਰਾ ਬਹੁਤ ਘਟਾ ਦਿੰਦੇ ਹਾਂ, ਜਿਹਦੀ ਵਜ੍ਹਾ ਕਰਕੇ ਖੁਸ਼ਕੀ ਦੀ ਜਿਹੜੀ ਸਮੱਸਿਆ ਆਉਂਦੀ ਹੈ, ਅਤੇ ਸੇਮ ਉਹੀ ਪ੍ਰੋਬਲਮ ਸਾਡੇ ਬੁੱਲਾਂ ਨਾਲ ਵੀ ਬਣਦੀ ਹੈ। ਉਸ ਤੋਂ ਅਗਲੀ ਗੱਲ, ਜੇ ਤੁਹਾਨੂੰ ਬੁੱਲ ਫਟਣ ਦੀ, ਹੋਂਟ ਫਟਣ ਦੀ ਸਮੱਸਿਆ ਸਰਦੀਆਂ ਦੇ ਵਿੱਚ ਹੈ, ਹਾਈ ਪ੍ਰੋਟੀਨ ਡਾਇਟਸ ਤੁਸੀਂ ਨਾ ਲਓ, ਕਿਉਂਕਿ ਜਿਹੜਾ ਹਾਈ ਪ੍ਰੋਟੀਨ ਹੁੰਦਾ ਹੈ ਉਹ ਸਰੀਰ ਦੇ ਵਿੱਚੋਂ ਬਹੁਤ ਜ਼ਿਆਦਾ ਪਾਣੀ ਨੂੰ ਸੋਖਦਾ ਹੈ, ਅਤੇ ਜੇ ਤੁਸੀਂ ਹਾਈ ਪ੍ਰੋਟੀਨ ਡਾਇਟ ਲੈਣੀਆਂ ਵੀ ਨੇ ਤਾਂ ਤੁਹਾਨੂੰ ਪਾਣੀ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਪੀਣਾ ਪਵੇਗਾ। ਪਹਿਲੀ ਗੱਲ ਤਾਂ ਅਵਾਇਡ ਹੀ ਕਰੋ, ਜਿਸ ਤਰ੍ਹਾਂ ਸੁੱਕੇ ਬਦਾਮ ਹੋ ਗਏ, ਸੁੱਕੇ ਛੋਲੇ ਹੋ ਗਏ, ਤਲਿਆ ਹੋਇਆ ਪਨੀਰ ਹੋ ਗਿਆ, ਜਾਂ ਹੋਰ ਜਿਹੜੇ ਮੀਟ ਹੋ ਗਏ, ਮੱਛੀ ਹੋ ਗਈ, ਆਂਡਾ ਹੋ ਗਿਆ, ਇਹ ਚੀਜ਼ਾਂ ਜਿਹੜੀਆਂ ਨੇ ਜੇ ਤੁਸੀਂ ਖਾਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਪਾਣੀ ਦੀ ਮਾਤਰਾ ਜ਼ਰੂਰ ਪੀਓ। ਸੋ ਅਗਲੀ ਗੱਲ ਕਰਦੇ ਹਾਂ ਜੀ, ਆਪਾਂ ਇਹਦਾ ਇਲਾਜ ਕਿਸ ਤਰ੍ਹਾਂ ਕਰ ਸਕਦੇ ਹਾਂ। ਸਭ ਤੋਂ ਪਹਿਲੀ ਗੱਲ, ਤਾਂ ਹਮੇਸ਼ਾ ਰਾਤ ਨੂੰ ਸੌਣ ਲੱਗਿਆਂ ਅਤੇ ਸੁਬਾਹ ਨਹਾਉਣ ਤੋਂ ਬਾਅਦ ਆਪਣੇ ਬੁੱਲਾਂ 'ਤੇ ਤੇਲ ਦੀ ਮਾਲਿਸ਼ ਜ਼ਰੂਰ ਕਰੋ, ਜ਼ਰੂਰੀ ਹੈ ਇਹ ਚੀਜ਼। ਇਹਦੇ ਨਾਲ ਜਿਹੜਾ ਕਿ ਇੱਕ ਲੇਅਰ ਬਣ ਜਾਂਦੀ ਓਇਲ ਦੀ, ਜਿਹੜੀ ਕਿ ਖੁਸ਼ਕ ਹਵਾਵਾਂ ਨੂੰ ਜਿਹੜਾ ਉਹ ਤੁਹਾਡੇ ਬੁੱਲਾਂ ਤੋਂ ਪਾਸੇ ਰੱਖਦੀ ਹੈ। ਤਾਂ ਜੇ ਤੁਸੀਂ ਤੇਲ ਦੀ ਚੋਣ ਕਰਨਾ ਚਾਹੁੰਦੇ ਹੋ, ਜੇ ਤੁਹਾਨੂੰ ਬਦਾਮ ਰੋਗਨ, ਸਭ ਤੋਂ ਬੈਸਟ ਇਹਦੇ ਵਿੱਚ ਬਦਾਮ ਰੋਗਨ ਹੀ ਹੈਗਾ, ਬਦਾਮ ਰੋਗਨ ਚੰਗਾ ਲੱਗਦਾ ਜਾਂ ਸਹੀ ਮਿਲ ਜਾਂਦਾ ਉਹ ਯੂਜ਼ ਕਰ ਲਓ। ਸਰ੍ਹੋਂ ਦਾ ਤੇਲ ਵੀ ਯੂਜ਼ ਕਰ ਸਕਦੇ ਹੋ, ਦੇਸੀ ਘਿਓ ਯੂਜ਼ ਕਰ ਸਕਦੇ ਹੋ, ਤੁਸੀਂ ਆਪਣੇ ਇਹਦੇ ਲਈ ਤੁਸੀਂ ਕੋਕੋਨਟ ਆਇਲ ਯੂਜ਼ ਕਰ ਸਕਦੇ ਹੋ। ਜੇ ਇਹਦੇ ਲਈ ਨਹੀਂ ਇਹ ਚੀਜ਼, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਚਿਹਰਾ ਹੈ ਤੁਹਾਡਾ, ਜਿਹੜਾ ਚਿਹਰਾ ਆ ਉਹਨੂੰ ਤੁਸੀਂ ਕਦੀ ਵੀ ਸਾਬਣ ਨਾਲ ਨਹੀਂ ਧੋਣਾ ਹੈਗਾ ਜਦੋਂ ਤੁਹਾਡੇ ਬੁੱਲਾਂ ਦੇ ਫਟਣ ਦੀ ਸਮੱਸਿਆ ਆ ਰਹੀ ਹੈ, ਕਿਉਂਕਿ ਸਾਬਣ ਆ ਜਿਹੜਾ ਉਹ ਬਹੁਤ ਜ਼ਿਆਦਾ ਖੁਸ਼ਕ ਕਰਦਾ ਹੈ ਤੁਹਾਡੇ ਚਿਹਰੇ ਦੀ ਸਕਿਨ ਨੂੰ, ਨਾਲ ਦੇ ਨਾਲ ਬੁੱਲਾਂ ਦੀ ਸਕਿਨ ਨੂੰ। ਸਾਬਣ ਨਾਲ ਬਿਲਕੁਲ ਵੀ ਆਪਣੇ ਚਿਹਰੇ ਨੂੰ ਤੁਸੀਂ ਨਹੀਂ ਧੋਣਾ। ਉਸ ਤੋਂ ਅਗਲੀ ਗੱਲ ਵੀ, ਤੁਸੀਂ ਅਗਰ ਸਮੱਸਿਆ ਆ ਰਹੀ ਹੈ ਜ਼ਿਆਦਾ ਤਾਂ ਤੁਸੀਂ ਖੀਰੇ ਦੀ ਮਾਲਿਸ਼ ਵੀ ਕਰ ਸਕਦੇ ਹੋ ਆਪਣੇ ਬੁੱਲਾਂ ਦੇ ਉੱਤੇ। ਉਸ ਤੋਂ ਅਗਲੀ ਚੀਜ਼, ਗੁਲਾਬ ਜਲ ਤੁਹਾਡੇ ਲਈ ਬਹੁਤ ਜ਼ਿਆਦਾ ਅਹਿਮੀਅਤ ਆ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੁਲਾਬ ਜਲ ਆ ਜਿਹੜਾ ਖੂਬਸੂਰਤੀ ਲਈ ਅਤੇ ਬਦਬੂ ਨੂੰ ਦੂਰ ਕਰਨ ਦੇ ਲਈ ਅਤੇ ਐਂਟੀਸੈਪਟਿਕ ਦੇ ਤੌਰ 'ਤੇ ਬਹੁਤ ਜ਼ਿਆਦਾ ਵੱਡੀ ਇਹਦੀ ਵਰਤੋਂ ਕੀਤੀ ਜਾਂਦੀ ਹੈ। ਗੁਲਾਬ ਜਲ ਨੂੰ ਪਿਓ ਰੋਜ਼ਾਨਾ, ਪਲੱਸ ਉਹਦੇ ਨਾਲ ਚਿਹਰਾ ਸਾਫ ਕਰੋ, ਤੁਹਾਡੇ ਬੁੱਲਾਂ ਦੇ ਫਟਣ ਦੇ ਨਾਲ ਨਾਲ ਤੁਹਾਡੇ ਜਿਹੜੇ ਆਪਣੀਆਂ ਗੱਲਾਂ ਫੜਦੀਆਂ ਨੇ ਸਿਆਲਾਂ ਦੇ ਵਿੱਚ, ਇਹ ਵੀ ਸਮੱਸਿਆ ਜਿਹੜੀ ਬਿਲਕੁਲ ਜੜ ਤੋਂ ਖਤਮ ਹੋ ਜਾਏਗੀ। ਉਸ ਤੋਂ ਅਗਲੀ ਚੀਜ਼, ਰਾਤ ਨੂੰ ਸੌਣ ਲੱਗਿਆਂ ਨਾਭੀ ਯਾਨੀ ਕਿ ਧੁੰਨੀ ਦੇ ਵਿੱਚ 2 ਤੋਂ 4 ਬਿੰਦਾਂ ਜਿਹੜੀਆਂ ਸਰ੍ਹੋਂ ਦੇ, ਸ਼ੁੱਧ ਸਰ੍ਹੋਂ ਦੇ ਤੇਲ ਦੀਆਂ ਤੁਸੀਂ ਪਾਉਣੀਆਂ ਨੇ, ਇਹਦੇ ਨਾਲ ਬੁੱਲਾਂ ਦੇ ਫਟਣ ਦੀ 100% ਜਿਹੜੀ ਸਮੱਸਿਆ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਅਗਲੀ ਚੀਜ਼, ਜੇ ਬੁੱਲਾਂ 'ਚੋਂ ਫਟਣ ਨਾਲ ਖੂਨ ਆਉਣ ਲੱਗ ਪਿਆ ਨਾ, ਤਾਂ ਤੁਸੀਂ ਐਲੋਵੇਰਾ ਜੈੱਲ ਦੇ ਨਾਲ ਜਾਂ ਐਲੋਵੇਰਾ ਦਾ ਪੌਦਾ ਲੈ ਕੇ, ਕੁਆਰ ਗੰਧਲ ਅਸੀਂ ਜਿਹਨੂੰ ਬੋਲਦੇ ਹਾਂ, ਉਹਦੇ ਨਾਲ ਬੁੱਲਾਂ ਦੀ ਮਾਲਿਸ਼ ਕਰੋ। ਉਹਦੇ ਨਾਲ ਤੁਹਾਡੇ ਇੱਕ ਤਾਂ ਬੁੱਲ ਬਹੁਤ ਜਲਦੀ ਠੀਕ ਹੋਣਗੇ, ਲਿਪਸ ਜਲਦੀ ਠੀਕ ਹੋਣਗੇ, ਦੂਸਰਾ ਜਿਹੜੀ ਉਹਦੇ ਵਿੱਚ ਖੁਸ਼ਕੀ ਆ ਰਹੀ ਉਹ ਵੀ ਖਤਮ ਹੋਏਗੀ। ਅਗਰ ਉਸ ਤੋਂ ਬਾਅਦ ਫਿਰ ਵੀ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਅਵੇਲੇਬਲ ਹੈਗੀਆਂ, ਤਾਂ ਤੁਸੀਂ ਸਧਾਰਨ ਜੀ ਚੀਜ਼ ਹੈ, ਬੜੀ ਇੰਪੋਰਟੈਂਟ ਚੀਜ਼ ਹੈ, ਸ਼ਹਿਦ। ਸ਼ਹਿਦ ਦੀ ਮਾਲਿਸ਼ ਕਰਕੇ ਤੁਸੀਂ ਆਪਣੇ ਜਿਸ ਤਰ੍ਹਾਂ ਲਿਪਸਟਿਕ ਲਾਉਣੇ ਆ, ਉਸ ਤਰ੍ਹਾਂ ਆਪਣੇ ਬੁੱਲਾਂ 'ਤੇ ਸ਼ਹਿਦ ਦੀ ਮਾਲਿਸ਼ ਕਰੋ। ਉਹਨੂੰ ਲਗਾਤਾਰ 2 ਤੋਂ 3 ਮਿੰਟ ਉਹਨੂੰ ਰੱਬ ਕਰਦੇ ਰਹੋ ਬੁੱਲਾਂ ਤੋਂ। ਇਹਦੇ ਨਾਲ ਇੱਕ ਤਾਂ ਨਰਿਸ਼ਮੈਂਟ ਮਿਲੇਗੀ ਤੁਹਾਡੇ ਬੁੱਲਾਂ ਨੂੰ, ਦੂਸਰਾ ਜਿਹੜੀ ਸਕਿਨ ਡੈਮੇਜ ਹੋ ਚੁੱਕੀ ਹੈ ਉਹ ਰਿਪੇਅਰ ਹੋ ਜਾਏਗੀ। ਸੋ ਬੜੇ ਬੇਸਿਕ ਜਿਹੇ ਇਲਾਜ ਨੇ, ਕਿਉਂਕਿ ਬੁੱਲਾਂ ਦੇ ਫਟਣ ਨਾਲ ਖੂਨ ਤੱਕ ਆਉਣ ਲੱਗ ਜਾਂਦਾ, ਸਮੱਸਿਆ ਬਹੁਤ ਵੱਡੀ ਹੈ, ਤੁਸੀਂ ਬਦਸੂਰਤ ਲੱਗਦੇ ਹੋ, ਬੋਲ ਨਹੀਂ ਸਕਦੇ, ਹੱਸਿਆਂ ਪੇਨ ਹੋਣ ਲੱਗ ਜਾਂਦੀ ਹੈ ਬੁੱਲਾਂ ਦੇ ਵਿੱਚ, ਬਹੁਤ ਵੱਡੀ ਆਮ ਸਮੱਸਿਆ ਇਹ ਵਿੰਟਰ ਪ੍ਰੋਬਲਮ ਦੀ। ਸੋ ਇਸ ਸਮੱਸਿਆ ਨੂੰ, ਇਹ ਜਿਹੜੀਆਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੇ, ਇਹਨਾਂ ਨਾਲ ਬਹੁਤ ਜਲਦੀ ਹੱਲ ਕੀਤਾ ਜਾ ਸਕਦਾ। ਅਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਖਾਸ ਤੌਰ 'ਤੇ ਸਰਦੀਆਂ ਦੇ ਵਿੱਚ, ਸਰਦੀਆਂ ਦੇ ਵਿੱਚ ਤੁਸੀਂ ਪਾਣੀ ਦੀ ਭਾਫ਼ ਜ਼ਰੂਰ
ਇਹਦੇ ਨਾਲ ਜਿਹੜੀ ਗੰਦਗੀ ਇੱਕ ਤਾਂ ਜਿਹੜੀ ਸਰਦੀਆਂ ਦੇ ਵਿੱਚ ਆਪਣੇ ਚਿਹਰੇ 'ਤੇ ਜੰਮ ਜਾਂਦੀ ਹੈ ਉਹ ਨਿਕਲ ਜਾਂਦੀ ਹੈ, ਦੂਸਰੀ ਜਿਹੜੀ ਨਮੀ ਦੀ ਕਮੀ ਆਈ ਹੁੰਦੀ ਹੈ ਖੁਸ਼ਕ ਹਵਾਵਾਂ ਕਰਕੇ ਉਹ ਪਾਣੀ ਦੀ ਭਾਫ਼ ਲੈਣ ਨਾਲ, ਸਧਾਰਨ ਪਾਣੀ ਦੀ ਭਾਫ਼ ਲੈਣ ਨਾਲ ਬਹੁਤ ਜ਼ਿਆਦਾ ਜਲਦੀ ਹੁੰਦੀ ਹੈ। ਸੋ ਇਸ ਵੀਡੀਓ ਨੂੰ ਵੀ ਬਾਕੀ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਹੋਰ ਲੋਕਾਂ ਦਾ ਵੀ ਬੈਨੀਫਿਟ ਹੋ ਸਕੇ। ਥੈਂਕ ਯੂ ਜੀ।